समय का स्वागत है और अब लेते हैं खबर विशेष की ये खबर। अभी हम भाजपा के कार्यालय में हैं और वहाँ हमारी मुलाकात हुई है राकेश कुमार और सतेंद्र जी से, जो कोऑर्डिनेशन कमेटी के प्रधान हैं सतेंद्र जी और महासचिव हैं राकेश कुमार। किस लिए आए हैं, क्या सालों साल से जो उम्मीदें रह गई उस उम्मीदों को पूरा करने के लिए, जिस तरह से पिछले कई सालों से ये लड़ाइयाँ लड़ते आ रहे हैं कर्मचारियों को लेकर के, क्या उस लड़ाई की बात याद दिलाने आए हैं या क्या करने हैं, इसी को लेकर बात करेंगे सबसे पहले हम राकेश कुमार से। राकेश जी, यहाँ पर आप मुलाकात करने आए, किन से मुलाकात हुई और क्या क्या मुद्दा था आपका? जी अज मल्होत्रा साहब ना मुलाकात हुई है साड़ी, जितेंद्र मल्होत्रा जो भाजपा के प्रदेश अध्यक्ष हैं। प्रदेश अध्यक्ष हैं उन्होंने ਆਪਾਂ ਸਾਡੀ 6 ਅਪ੍ਰੈਲ ਨੂੰ ਕਨਵੈਨਸ਼ਨ ਹੋਈ ਸੀ ਮੁਲਾਜ਼ਮਾਂ ਦੀ, ਜਿਹ 'ਚ ਆਪਾਂ ਫੈਸਲਾ ਕੀਤਾ ਸੀ ਕਿ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਜਿਹੜੇ ਮਸਲੇ ਆ ਮੁਲਾਜ਼ਮਾਂ ਦੇ ਉਹਨਾਂ ਕੋਲ ਉਠਾਏ ਜਾਣ, ਕਿਉਂਕਿ ਆਪਾਂ ਪਿਛਲੇ 10 ਸਾਲਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਸਾਡੇ ਇਸ਼ੂ ਆ ਉਹ ਪੋਲੀਟੀਕਲੀ ਐਡਰੈਸ ਨਹੀਂ ਹੋ ਰਹੇ ਪ੍ਰੋਪਰ ਵੇ ਦੇ ਨਾਲ। ਪਿੱਛੇ MP ਕਿਰਨ ਖੇਰ ਸੀ ਮੈਡਮ, ਉਹਨਾਂ ਨੇ ਸਾਡੇ ਨਾਲ 2019 'ਚ ਵਾਅਦਾ ਕੀਤਾ ਸੀ, ਉਹਨਾਂ ਨੇ ਬੜਾ ਤਗੜਾ ਸਾਡੇ ਨਾਲ ਕਿ ਸਾਰੇ ਜਿਹੜੇ ਆ ਰੈਗੂਲਰ ਕਰਾ ਦੇਵਾਂਗੇ, ਆਊਟਸੋਰਸ ਵਰਕਰ ਠੇਕੇਦਾਰ ਨੂੰ ਵਿੱਚੋਂ ਕੱਢ ਦਾਂਗੇ, ਪਰ ਉਹ ਨਹੀਂ ਹੋਏ। ਉਸ ਮਸਲੇ ਨੂੰ ਆਪਾਂ ਅੱਜ ਨਵੇਂ ਸਿਰੇ ਤੋਂ ਮਲਹੋਤਰਾ ਜੀ ਸਾਹਮਣੇ ਰੱਖਿਆ ਅਤੇ ਉਹਦੇ ਨਾਲ ਦੀ ਨਾਲ ਹੋਰ ਵੀ ਮਸਲੇ ਸਾਡੇ ਆ, ਖਾਲੀ ਪੋਸਟਾਂ ਦੇ ਹੈਗੇ ਆ, DC ਰੇਟ ਦੇ ਵਿੱਚ ਤਰੁੱਟੀਆਂ ਜਿਹੜੀਆਂ ਉਹਨਾਂ ਨੂੰ ਦੂਰ ਕਰਾਉਣਾ, ਜਿਹੜੇ ਮਿਨੀ ਵੇਜ 'ਚ ਸਾਥੀ ਸਾਡੇ ਕੰਮ ਕਰ ਰਹੇ ਉਹਨਾਂ ਨੂੰ DC ਰੇਟ ਦੇ ਵਿੱਚ ਲਿਆਉਣਾ, ਸਾਰੇ ਇਸ਼ੂਆਂ ਦੇ ਉੱਤੇ ਅੱਜ ਮਲਹੋਤਰਾ ਜੀ ਨੂੰ ਡਿਟੇਲ 'ਚ ਗੱਲ ਹੋਈ ਹੈ। ਅਤੇ ਉਹਨਾਂ ਬੜਾ ਸਾਨੂੰ ਆਸ਼ਵਾਸਨ ਦਿੱਤਾ ਕਿ ਜਿਹੜੇ ਇਸ਼ੂ ਸੈਟਲਡ ਆ, ਜਿਹੜੇ ਸਰਕਾਰ ਵੱਲੋਂ ਸੈਟਲਡ ਆ, ਜਿਸ ਤਰ੍ਹਾਂ ਇਕੁਅਲ ਵਰਕ ਇਕੁਅਲ ਪੇ ਦਾ ਇਸ਼ੂ ਆ, ਕੰਟਰੈਕਟ ਲੇਬਰ ਐਕਟ ਅਬੋਲਸ਼ਨ ਐਂਡ ਰੈਗੂਲੇਸ਼ਨ ਐਕਟ ਜਿਹੜਾ ਉਹਦੇ ਤਹਿਤ ਸਿਮਿਲਰ ਵਰਕ ਸਿਮਿਲਰ ਪੇ ਦੇਣਾ ਵਾ, ਉਹ ਸਰਕਾਰ ਨੇ ਬਣਾਇਆ, ਉਹ ਲਾਗੂ ਕਰਨ ਦੇ ਵਿੱਚ ਸਮੱਸਿਆ ਵਾ। ਸੋ ਲਾਗੂ ਕਰਨ ਵਾਸਤੇ ਜੇ ਸਾਨੂੰ ਸੰਘਰਸ਼ ਕਰਨਾ ਪੈਂਦਾ ਜਾਂ ਕੋਰਟਾਂ 'ਚ ਜਾਈਏ ਤਾਂ ਆਪਾਂ ਸਮਝਦੇ ਉਹ ਠੀਕ ਗੱਲ ਨਹੀਂ ਆ। ਪੇਮੈਂਟ ਆਫ ਬੋਨਸ ਐਕਟ ਆ, ਜਿਹੜੇ ਸਰਕਾਰ ਨੇ ਸਾਡੇ ਵਾਸਤੇ ਬਣਾਇਆ ਲਾਗੂ ਕਰ ਦਿਉ। ਉਹਦੇ 'ਚ ਸਾਨੂੰ ਆਸ਼ਵਾਸਨ ਅੱਜ ਦਿੱਤਾ ਮਲਹੋਤਰਾ ਜੀ ਨੇ ਕਿ ਇਹਨੂੰ ਆਪਾਂ ਸੀਰੀਅਸਲੀ ਇਹਨੂੰ ਜਿਹੜੇ ਇੰਪਲੀਮੈਂਟ ਕਰਾਵਾਂਗੇ। ਰਾਕੇਸ਼ ਜੀ, ਆਪਕੋ ਯਾਦ ਹੋਗਾ ਕਿ ਆਪ ਲੋਕ ਕੁਝ ਡਿਮਾਂਡ ਕੋ ਲੇਕਰ ਕੇ ਪ੍ਰਦਰਸ਼ਨ ਕਰਨੇ ਕੇ ਲੀਏ ਗਏ ਥੇ ਸਾਂਸਦ ਤੀ ਕਿਰਨ ਖੇਰ, ਔਰ ਆਪ ਲੋਗੋਂ ਕੇ ਸਾਥ ਐਸਾ ਹੁਆ ਥਾ ਕਿ ਕੁਝ ਕਰਮਚਾਰੀ ਜੇਲ ਵੀ ਗਏ ਥੇ। ਹਾਂਜੀ ਹਾਂਜੀ। ਔਰ ਉਸੀ ਕਾ ਨਤੀਜਾ ਹੈ ਕਿ ਆਜ ਚੰਡੀਗੜ੍ਹ ਸ਼ਹਿਰ ਕੋ ਇੱਕ ਲੋਕਲ ਵੋਕਲ ਉਮੀਦਵਾਰ ਹੈ ਭਾਜਪਾ ਕੇ ਤਰਫ ਸੇ। ਕਿਆ ਲਗਤਾ ਹੈ ਕਿ ਵੋ ਜੋ ਪਹਿਲੇ ਗਲਤੀਆਂ ਹੋਈ ਜਾਂ ਵੋ ਬਾਤੇਂ ਸੁਨੀ ਨਹੀਂ ਗਈ, ਇਸ ਬਾਰ ਕੁਝ ਉਮੀਦ ਜਗਤੀ ਹੈ ਕਿਆ ਲੋਕਲ ਕੋ ਲੇਕਰ ਕੇ ਖਾਸ ਕਰ? ਬਿਲਕੁਲ ਜੀ, ਇਹ ਤਾਂ ਨੈਚੁਰਲੀ ਕੁਦਰਤੀ ਗੱਲ ਹੈ ਕਿ ਜਿਹੜਾ ਬੰਦਾ ਲੋਕਲ ਹੋਊਗਾ ਉਹ ਜ਼ਿਆਦਾ ਗੱਲ ਸੁਣੂਗਾ ਸਾਡੀ, ਮੁਲਾਜ਼ਮਾਂ ਦੀ ਵੀ ਆਮ ਲੋਕਾਂ ਦੀ ਵੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਅਬ ਹਮ ਬਾਤ ਕਰਾਂਗੇ ਪ੍ਰਧਾਨ ਸਤਿੰਦਰ ਜੀ ਸੇ। ਸਤਿੰਦਰ ਜੀ, ਕਿਆ ਲਗਤਾ ਹੈ ਕਿ ਇਸ ਬਾਰ ਜੋ ਚੁਣਾਵ ਹੈ, ਕਿਉਂਕਿ ਪਿਛਲੇ ਕਈ ਸਾਲੋਂ ਸੇ ਹਮਨੇ ਦੇਖਾ ਹੈ ਕਿ ਸਭੇ ਠਗਾ ਸਾ ਮਹਿਸੂਸ ਕਰਤੇ ਹੈ ਕਿ ਜਬ ਵੀ ਹਮ ਕਿਸੀ ਕੋ ਵੋਟ ਡਾਲਤੇ ਹੈ ਉਸਕੇ ਪਹਿਲੇ ਕੁਛ ਕਹਾ ਜਾਤਾ ਹੈ, ਮੈਨੀਫੈਸਟੋ ਮੇਂ ਬਾਰ ਬਾਰ ਇੱਕ ਹੀ ਚੀਜ਼ ਕੋ ਦੀਏ ਜਾਤੇ ਹੈ ਕਿ ਹਮ ਯੇ ਕਰਵਾ ਦੇਂਗੇ ਵੋ ਕਰਵਾ ਦੇ, ਹੋਤਾ ਨਹੀਂ ਹੈ। ਇਸ ਬਾਰ ਲੋਕਲ ਕੈਂਡੀਡੇਟ ਹੈ ਭਾਜਪਾ ਸੇ, ਜਹਾਂ ਵੀ ਆਪ ਖੜੇ ਹੈ, ਕਿਆ ਉਮੀਦ ਹੈ? ਦੇਖੋ ਜੀ, ਅਸੀਂ ਹਰ ਵਾਰੀ ਮੁਲਾਜ਼ਮ ਹੈ ਜਿਹੜੇ ਸੰਘਰਸ਼ ਦੇ ਵਿੱਚ ਲੜਦੇ ਹੋਏ ਮੰਗਾਂ ਦੇ ਉੱਤੇ ਇਹੀ ਗੱਲ ਕਰਦੇ ਹਾਂ, ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਹੈ, ਚਾਹੇ ਕਿਸੇ ਦਾ ਕੋਈ ਕੈਂਡੀਡੇਟ ਹੈ, ਅਸੀਂ ਇਹ ਗੱਲ ਰੱਖਦੇ ਹਾਂ ਉਹਦੇ ਸਾਹਮਣੇ ਕਿ ਸਾਡੇ ਮੁਲਾਜ਼ਮ ਹੈ ਜੋ ਕਾਮਨ ਮੰਗਾਂ ਨੇ ਸਾਰੀਆਂ, ਉਹ ਮਸਲੇ ਸਾਡੇ ਹੱਲ ਹੋਣੇ ਚਾਹੀਦੇ ਨੇ। ਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹ ਹੁੰਦਾ ਆ ਕਿ ਜਦੋਂ ਵੋਟਾਂ ਦਾ ਸਮਾਂ ਹੁੰਦਾ ਆ ਬਹੁਤ ਸਾਰੇ ਵਾਅਦੇ ਸਾਡੇ ਨਾਲ ਕੀਤੇ ਜਾਂਦੇ ਆ, ਪਰ ਬਾਅਦ ਦੇ ਵਿੱਚ ਉਹਨਾਂ ਵਾਅਦਿਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ। ਲੇਕਿਨ
ਸਾਨੂੰ ਇੱਕ ਆਸ ਦੀ ਕਿਰਨ ਹੈ ਜੇ ਲੋਕਲ ਕੈਂਡੀਡੇਟ ਆ ਜਿਹੜੇ ਸਾਡੇ ਹੋਣਗੇ ਅਸੀਂ ਉਹਨਾਂ ਕੋਲ ਜਾ ਸਕਦੇ ਹਾਂ ਆ ਸਕਦੇ ਹਾਂ ਟਾਈਮ ਟੂ ਟਾਈਮ ਆਪਣੇ ਮਸਲਾ ਰੱਖ ਸਕਦੇ ਹਾਂ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਮਸਲੇ ਜਿਹੜੇ ਦੌਰ 'ਚੋਂ ਕਿਉਂਕਿ ਜਿਹੜਾ ਲੋਕਲ ਕੈਂਡੀਡੇਟ ਹੈ ਉਹ ਇਹਨਾਂ ਮਸਲਿਆਂ ਦੇ ਵਿੱਚੋਂ ਆਪ ਵੀ ਨਿਕਲਦਾ ਹੈ ਆਪ ਵੀ ਗੁਜ਼ਰਦਾ ਹੈਗਾ। ਸੋ ਸਾਨੂੰ ਆਸ ਹੈ ਕਿ ਜੇ ਲੋਕਲ ਕੈਂਡੀਡੇਟ ਹੋਣਗੇ ਉਹ ਮਸਲੇ ਸੋਲਵ ਕਰਨਗੇ, ਜੋ ਪਿਛਲੇ ਸਮੇਂ ਜਿਹੜੇ ਕੰਮ ਅਧੂਰੇ ਰਹਿ ਗਏ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਨੇ ਉਹ ਆਉਣ ਵਾਲੇ ਸਮੇਂ ਦੇ ਜਿਹੜੇ ਪੂਰੇ ਕਰਨਗੇ। ਅਸੀਂ ਇਹੀ ਆਸ ਲੈ ਕੇ ਅੱਜ ਇੱਥੇ ਜਿਹੜੇ ਪ੍ਰੈਜੀਡੈਂਟ ਸਾਹਿਬ ਨੂੰ ਚੰਡੀਗੜ੍ਹ ਦੇ ਪ੍ਰੈਜੀਡੈਂਟ ਜਿੰਦਰਪਾਲ ਮਲਹੋਤਰਾ ਜੀ ਉਹਨਾਂ ਨੂੰ ਅੱਜ ਮਿਲੇ ਹਾਂ, ਉਹਨਾਂ ਨੂੰ ਆਪਣੇ ਮੰਗ ਪੱਤਰ ਦੇ ਉੱਤੇ ਆਪਣੀਆਂ ਮੰਗਾਂ ਦੇ ਉੱਤੇ ਉਹਨਾਂ ਨੂੰ ਦੱਸਿਆ, ਉਹਨਾਂ ਨਾਲ ਬੈਠ ਕੇ ਡਿਸਕਸ ਕੀਤੀ ਹੈ ਕਿ ਇਹ ਮਸਲੇ ਇਸ ਤਰ੍ਹਾਂ ਹੱਲ ਹੋ ਸਕਦੇ ਹੈ ਅਗਰ ਪ੍ਰਸ਼ਾਸਨ ਥੋੜ੍ਹੀ ਜਿਹੀ ਇਹਦੇ ਸੰਜੀਦਗੀ ਦਿਖਾਵੇ। ਸੰਜੀਦਗੀ ਜਦ ਪ੍ਰਸ਼ਾਸਨ ਦਿਖਾਉਂਦਾ ਆ ਜਦੋਂ ਕੋਈ ਉੱਪਰ ਤੋਂ ਉਹਨਾਂ ਨੂੰ ਕੋਈ ਨਾ ਕੋਈ ਕਮਾਂਡ ਹੈ, ਜਿਹੜੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ, ਜੇ ਉਹਦਾ ਕੋਈ ਜਾ ਕੇ ਅਫਸਰ ਜਾਂ ਉਹਦਾ ਕੋਈ ਜਿਹੜਾ ਉਮੀਦਵਾਰ ਹੈ ਉਹ ਕਹਿੰਦਾ ਆ ਤਾਂ ਉਹ ਮਸਲੇ ਹੱਲ ਸੋਲਵ ਕਰਦੀ ਹੈ। ਜਿਵੇਂ ਚੰਡੀਗੜ੍ਹ ਦੇ ਵਿੱਚ ਮਿਨੀਮਮ ਵੇਜ ਦਾ ਮਸਲਾ ਆ, ਬੜੇ ਲੰਮੇ ਸਮੇਂ ਤੋਂ ਮਿਨੀਮਮ ਵੇਜ ਦਾ ਮਸਲਾ ਜਿਹੜਾ ਲਟਕਦਾ ਆ ਰਿਹਾ 15-16 ਸਾਲਾਂ ਤੋਂ, ਪ੍ਰਸ਼ਾਸਨ ਉੱਤੇ ਕੋਈ ਫੈਸਲਾ ਨਹੀਂ ਲੈ ਰਿਹਾ। ਇਸੇ ਤਰ੍ਹਾਂ ਸਾਡੇ DC ਰੇਟਾਂ ਦਾ ਮਸਲਾ ਹੈਗਾ, DC ਰੇਟ ਦੇ ਉੱਤੇ ਸਾਡੇ ਜਿਹੜੇ DC ਰੇਟ ਹੈਗੇ ਉਹ ਸਾਡੇ ਜਿਵੇਂ ਰੈਗੂਲਰ ਮੁਲਾਜ਼ਮ ਦਾ DA ਵੱਧਦਾ ਉਸ ਤਰ੍ਹਾਂ ਵਧਣੇ ਚਾਹੀਦੇ ਆ, ਪਰ ਇੱਥੋਂ ਇੱਥੇ ਆ ਕੇ ਜਿਹੜੇ DC ਸਾਹਿਬ ਹੁਣ ਨਵੇਂ ਆਏ ਨੇ ਉਹਨਾਂ ਨੇ ਨਵਾਂ ਫਾਰਮੂਲਾ ਤੈਅ ਕਰ ਦਿੱਤਾ ਕਿ ਉਹ ਜਿਹੜਾ DC ਰੇਟ ਹੈ ਉਹ ਗ੍ਰੇਡ ਪੇ ਦੇ ਨਾਲ ਸਾਡਾ ਜੋੜਤਾ ਜਿਹੜਾ ਅੱਜ ਤੱਕ ਕਦੇ ਜੁੜਿਆ ਨਹੀਂ। ਸੋ ਇਸ ਤਰ੍ਹਾਂ ਸਾਡੇ ਜਿਹੜੇ ਨੀਚੇ ਵਾਲੇ ਵਰਕਰ ਹੈ ਕਿਸੇ ਨੂੰ 3% ਦਾ ਫਾਇਦਾ ਆ, ਕਿਸੇ ਨੂੰ 8%, 7% ਦਾ, ਕਿਸੇ ਨੂੰ 4% ਦਾ, ਕਿਸੇ ਨੂੰ ਫਾਇਦਾ ਹੀ ਨਹੀਂ ਹੈਗਾ। ਅਸੀਂ ਕਹਿ ਰਹੇ ਹਾਂ ਵੀ DC ਰੇਟ ਮੁਕੰਮਲ ਤੌਰ 'ਤੇ ਜੇ 8% ਵਧਾਉਣੇ ਨੇ ਤਾਂ ਹਰ ਕੈਟਾਗਰੀ ਦਾ 8% ਵਧੇ। ਸਾਡੀ ਇਹ ਮੰਗ ਰਹਿੰਦੀ ਹੈ ਹਮੇਸ਼ਾ ਕਿ ਅਸੀਂ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਉਹ ਲੈ ਕੇ ਚੱਲਦੇ ਹਾਂ। ਸੋ ਇਹਨਾਂ ਮੰਗਾਂ ਦੇ ਉੱਤੇ ਸਾਨੂੰ ਭਰੋਸਾ ਆ, ਡਿਸਕਸ ਹੋਈ ਆ ਸਾਡੀ ਲੰਮੀ ਉਹਨਾਂ ਦੇ ਨਾਲ। ਰਾਕੇਸ਼ ਜੀ, ਆਪ ਯਹਾਂ ਪੇ ਉਮੀਦਵਾਰ ਸੰਜੇ ਟੰਡਨ ਹੈ, ਉਨਕੋ ਲੇਕਰ ਕੇ ਆਏ ਕਿ ਉਨਕੇ ਪਾਸ ਆਪ ਡਿਮਾਂਡ ਭੇਜ ਰਹੇ ਹੈ ਪ੍ਰਧਾਨ ਕੇ ਥਰੂ, ਕਿਆ ਕਾਂਗਰਸ ਕੇ ਵੀ ਪ੍ਰਧਾਨ ਔਰ ਕੈਂਡੀਡੇਟ ਸੇ ਇਸ ਸੰਦਰਭ ਮੇਂ ਬਾਤ ਹੋਈ ਆਪ ਲੋਗੋਂ ਕੀ? ਨਹੀਂ ਕਰੇਂਗੇ ਜੀ, ਹਮਾ ਅਭੀ ਬਤਾ ਕੇ ਹਟਿਆ ਮੈਂ ਕਿ ਫੈਸਲਾ ਹਮਾਰਾ ਕਿ ਸਾਰੀ ਪੋਲੀਟੀਕਲ ਪਾਰਟੀਆਂ ਜੋ ਕੈਂਡੀਡੇਟ ਜਿਹੜਾ ਜਿਹੜਾ ਖੜੂਗਾ ਸਭ ਕੇ ਪਾਸ ਹਮ ਜਾਏਂਗੇ, ਸਭ ਕੋ ਬੋਲੇਂਗੇ ਕਿ ਇਸ ਮਸਲੇ ਕੋ ਉਠਾਓ, ਇਲੈਕਸ਼ਨ ਮੇਂ ਆਪਣੇ ਮੰਗ ਪੱਤਰ ਮੇਂ ਡਾਲੋ, ਔਰ ਹਮ ਤੋ ਟੰਡਨ ਸਾਹਿਬ ਕੋ ਵੀ ਮਿਲੇਂਗੇ, ਤਿਵਾੜੀ ਸਾਹਿਬ ਕੋ ਮਿਲੇਂਗੇ, ਉਨ ਕੋ ਕਹੇਂਗੇ ਕਿ ਆਪ ਇਸਕਾ ਸੰਕਲਪ ਲਓ ਕਿ ਇਹ ਮਸਲੇ ਜੋ ਹੋਣੇ ਵਾਲੇ ਹੈ ਉਹ ਕਰਾਏਂਗੇ। ਰਾਜਨੀਤੀ ਮੈਂ ਸੰਕਲਪ ਲੈਣੇ ਮੈਂ ਕੋਈ ਕੋਤਾਹੀ ਇਨ ਲੋਗੋਂ ਸੇ ਨਹੀਂ ਹੈ, ਭਲੇ ਕਾਮ ਬਾਤ ਮੈਂ ਕਿਆ ਹੋਤਾ ਆਪ ਜਾਣਤੇ ਹੀ ਹੈ। ਫਿਰ ਐਫੀਡੇਵਿਟ ਦੇ ਦੇ ਕਿ ਜੋ ਕਾਮ ਹੋ ਸਕਤੇ ਉਨਕੇ ਲਈ ਐਫੀਡੇਵਿਟ ਦੇ ਦੇ, ਹਮੇਂ ਤਾਂ ਕੋਈ ਦਿੱਕਤ ਨਹੀਂ ਹੈ, ਜੇ ਸੰਕਲਪ ਸੇ ਕਾਮ ਨਹੀਂ ਚਲਤਾ ਐਫੀਡੇਵਿਟ ਦੇ ਦੇਣੇ ਚਾਹੀਏ। ਲਗਤਾ ਹੈ ਕਿ ਦੇ ਦੇਂਗੇ ਐਫੀਡੇਵਿਟ ਦੇਣੇ ਚਾਹੀਏ, ਅਗਰ ਹਮ ਇਮਾਨਦਾਰੀ ਸੇ ਕਾਮ ਕਰ ਰਹੇ ਹੈ, ਜੋ ਕੈਂਡੀਡੇਟ ਇਮਾਨਦਾਰੀ ਸੇ ਕਾਮ ਕਰੇਂਗੇ ਉਹ ਉਨਕੋ ਐਫੀਡੇਵਿਟ ਦੇਣੇ ਮੈਂ ਕੋਈ ਇਤਰਾਜ਼ ਨਹੀਂ, ਉਨ ਮੰਗੋ ਪਰ ਹੀ ਦੇ ਜੋ ਹੋ ਸਕਤੀ ਹੈ। ਹਮੇਂ ਵੀ ਪਤਾ ਜੋ ਸਰਕਾਰ ਨੇ ਐਕਟ ਬਣਾਇਆ ਲਾਗੂ ਹੋਣੇ ਹੈ, ਕਿਉਂ ਨਹੀਂ ਹੋ ਰਹੇ ਐਕਟ ਲਾਗੂ ਕਰਵਾਉਣੇ ਹਨ, ਇਸਕੇ ਲਈ ਤਾਂ ਐਫੀਡੇਵਿਟ ਕੋਈ ਵੀ ਦੇ ਸਕਦਾ ਹੈ ਸਰਕਾਰ ਕਾ ਹੈ। ਕੁੱਲ ਮਿਲਾ ਕਰਕੇ ਜੋ ਕੋਆਰਡੀਨੇਸ਼ਨ ਕਮੇਟੀ ਕੇ ਪਦਾਧਿਕਾਰੀਓਂ ਸੇ ਬਾਤ ਹੋ ਰਹੀ, ਇਨਕਾ ਯੇ ਕਹਿਣਾ ਸੰਜੇ ਟੰਡਨ ਜੀ ਸੇ ਹੈ ਕਿ ਆਪ ਲੋਕਲ ਉਮੀਦਵਾਰ ਕੇ ਤੌਰ ਪਰ ਹੈ ਔਰ ਇਨਕੀ ਮੰਗੇ ਹਰ ਹਾਲ ਮੇਂ ਪੂਰੀ ਹੋਣੀ ਚਾਹੀਏ, ਕਿਉਂਕਿ ਇਸ ਵਾਰ ਪਹਿਲੀ ਵਾਰ ਭਾਜਪਾ ਨੇ ਲੋਕਲ ਇੱਕ ਮਜ਼ਬੂਤ ਉਮੀਦਵਾਰ ਕੋ ਉਤਾਰਾ ਹੈ ਔਰ ਦੇਖਤੇ ਹੈ ਕਿ ਕਿਤਨਾ ਲਾਭ ਮਿਲਤਾ ਹੈ ਕਰਮਚਾਰੀਓਂ ਕੋ। ਬਹੁਤ ਬਹੁਤ ਧੰਨਵਾਦ ਆਪਣਾ। ਥੈਂਕ ਯੂ ਜੀ, ਧੰਨਵਾਦ ਜੀ। CNE ਨਿਊਜ਼ ਕੇ ਸਾਥ ਬਣੇ ਰਹਿਣੇ ਕੇ ਲੀਏ ਆਪ ਸਭੀ ਕਾ ਬਹੁਤ ਬਹੁਤ ਧੰਨਵਾਦ।